एक्सरसाइज थर्टीन पॉइंट एट नाइंथ क्लास मैथ चैप्टर थर्टीन एरियाज़ एंड वॉल्यूम्स क्वेश्चन नंबर वन फाइंड द वॉल्यूम ऑफ स्फीयर हूज रेडियस इज सैवन सेंटीमीटर लो वॉल्यूम ऑफ स्फीयर का फॉर्मूला लगा दो फोर बाय थ्री पाई आर क्यूब आर सत सेंटीमीटर आ सैवन क्यूब आ गया कैलकुलेशन अगों सॉल्व कर लो चार हज़ार तीन सौ बारह बटा तीन ਇਨੂੰ ਡੈਸੀਮਲ ਚ ਕਨਵਰਟ ਕਰ ਲਓ ਇਹ ਆ ਗਿਆ 1437.33 ਸੈਂਟੀਮੀਟਰ ਕਯੂਬ ਯੂਨਿਟ ਲਿਖਣਾ ਮੋਸਟ ਇੰਪੋਰਟੈਂਟ ਇੰਪੋਰਟੈਂਟ ਜਿਹੜੇ ਵੋਲਿਊਮ ਆ ਉਹਨੂੰ ਆਪਾਂ ਹਮੇਸ਼ਾ ਕਯੂਬ ਦੀ ਫਾਰਮ ਚ ਲਿਖਦੇ ਹਾਂ ਸੈਂਟੀਮੀਟਰ ਕਯੂਬ ਮੀਟਰ ਕਯੂਬ ਕਿਲੋਮੀਟਰ ਕਯੂਬ ਇਦਾਂ ਚੱਲਦੇ ਆ ਸੈਕਿੰਡ ਰੇਡੀਅਸ ਦਿੱਤਾ ਹੈ 0.63 ਮੀਟਰ ਵੋਲਿਊਮ ਆਫ ਸਫੀਅਰ ਆ ਗਿਆ ਫਾਰਮੂਲਾ ਸੇਮ ਹੀ ਆ 4/3 ਪਾਈ r³ r ਦੀ ਵੈਲਿਊ ਪੁੱਟ ਕਰ ਦਿਓ 0.63 ਦਾ ਹੋਲ ਕਯੂਬ ਇਹਨੂੰ ਸੋਲਵ ਕਰ ਲਓ 1.05 ਮੀਟਰ ਕਯੂਬ ਆ ਗਿਆ ਜਿਸ ਤਰ੍ਹਾਂ ਮਰਜੀ ਕੱਟ ਲਓ ਜਿਹੜੇ ਤੁਹਾਨੂੰ ਤਰੀਕੇ ਨਾਲ ਅੱਛਾ ਲੱਗਦਾ ਹੈ ਜਿਹੜਾ ਮਰਜੀ ਟੇਬਲ ਤੁਸੀਂ ਜਿਸ ਹਿਸਾਬ ਨਾਲ ਮਰਜੀ ਟੇਬਲ ਪੜ ਕੇ ਸੋਲਵ ਕਰ ਸਕਦੇ ਹੋ ਅਗਿਆ ਕੁਐਸਚਨ ਨੰਬਰ 2 ਆ ਕੁਐਸਚਨ ਨੰਬਰ 2 ਦੇ ਵਿੱਚ ਕਹਿ ਰਿਹਾ ਫਾਈਂਡ ਦਾ ਅਮਾਉਂਟ ਆਫ ਵਾਟਰ ਡਿਸਪਲੇਸਡ ਬਾਈ ਸੋਲਿਡ ਬਾਲ ਆਫ ਡਾਇਮੀਟਰ 28 ਸੈਂਟੀਮੀਟਰ ਆ ਕਿੰਨਾ ਪਾਣੀ ਵਿਸਥਾਪਿਤ ਕਰੇਗਾ ਇੱਕ ਬਾਲ ਹੈ ਤਾਂ ਡਾਇਆਮੀਟਰ 28 ਸੈਂਟੀਮੀਟਰ ਪਹਿਲਾਂ ਰੇਡੀਅਸ ਕੱਢ ਲਓ 28/2 14 ਸੈਂਟੀਮੀਟਰ ਵੋਲਿਊਮ ਆਫ ਵਾਟਰ ਡਿਸਪਲੇਸਡ ਬਾਈ ਬਾਲ ਫਾਰਮੂਲਾ ਵੋਲਿਊਮ ਦਾ ਲਾ ਦਿਓ 4/3 π r³ ਬਾਅਦ 14 ਦਾ ਕਯੂਬ ਆ ਇਨੂੰ ਸੋਲਵ ਕਰ ਲਓ ਇਹ ਆ ਗਿਆ 3 34496/3 ਇਹਨੂੰ ਡੈਸੀਮਲ ਚ ਕਨਵਰਟ ਕਰ ਲਓ ਇਹ ਆ ਗਿਆ 11498.67 ਸੈਂਟੀਮੀਟਰ ਕਯੂ 11498.67 ਸੈਂਟੀਮੀਟਰ ਕਯੂ ਸੈਕਿੰਡ ਪਾਰਟ ਦੇ ਵਿੱਚ ਡਾਇਆਮੀਟਰ ਉਹਨੇ ਦਿੱਤਾ ਹੋਇਆ ਹੈ 0.21 ਮੀਟਰ ਰੇਡੀਅਸ ਕਰ ਲਓ 0.21/2 ਇਹ ਆ ਗਿਆ 0.105 ਮੀਟਰ ਹੈ ਰੇਡੀਅਸ ਆ ਗਿਆ 0.105 ਮੀਟਰ ਤੇ ਵੋਲਿਊਮ ਆਫ ਵਾਟਰ ਡਿਸਪਲੇਸਡ ਬਾਈ ਬਾਲ ਫਿਰ ਫਾਰਮੂਲਾ ਲਾ ਲਓ 4/3 ਪਾਈ r³ r ਦੀ ਵੈਲਿਊ ਪੁੱਟ ਕਰ ਦਿਓ ਤੇ ਇਹਦਾ ਆਨਸਰ ਆ ਜਾਏਗਾ 0.004851 ਮੀਟਰ³ ਬਾਕੀ ਸਾਰੀ ਕੈਲਕੂਲੇਸ਼ਨ ਹੀ ਹੈ ਇਹਨੂੰ ਸੋਲਵ ਕਰ ਲਓ ਕਿ ਕੁਐਸਚਨ ਨੰਬਰ 3 ਦਾ ਡਾਇਮੀਟਰ ਆਫ ਮੈਟੈਲਿਕ ਬਾਲ ਇਜ਼ 4.2 ਸੈਂਟੀਮੀਟਰ ਵਾਟ ਇਜ਼ ਦਾ ਮਾਸ ਆਫ ਦਾ ਬਾਲ ਇਫ ਦਾ ਡੈਂਸਿਟੀ ਆਫ ਦਾ ਮੈਟਲ ਇਜ਼ 8.9 ਗ੍ਰਾਮ ਪਰ ਸੈਂਟੀਮੀਟਰ ਕਯੂਬ ਇਥੇ ਡੈਂਸਿਟੀ ਦਿੱਤੀ ਹੈ ਆਪਾਂ ਮਾਸ ਕੱਢ ਲੈਣੇ ਪਹਿਲਾਂ ਵੋਲਿਊਮ ਕੱਢ ਲਈਏ ਕਿਉਂਕਿ ਡੈਂਸਿਟੀ ਜਿਹੜੀ ਹੁੰਦੀ ਆ ਉਹ ਮਾਸ ਪਰ ਯੂਨਿਟ ਵੋਲਿਊਮ ਦੇ ਬਰਾਬਰ ਹੁੰਦੀ ਮਾਸ ਬਟਾ ਵੋਲਿਊਮ ਦੇ ਬਰਾਬਰ ਇਹ ਤੁਸੀਂ ਸਾਇੰਸ ਦੇ ਵਿੱਚ ਪੜ੍ਹਦੇ ਹੋ ਵੋਲਿਊਮ ਆਟੈਲਿਕ ਬਲ ਇਸ ਇਕੁਅਲ ਟੂ 4/3 ਪਾਈ r ਕਯੂਬ ਇੱਥੇ ਪਹਿਲਾਂ ਰੇਡੀਅਸ ਕੱਢ ਲੈਣਾ 4.2/2 2.1 ਸੈਂਟੀਮੀਟਰ ਵੈਲਿਊ ਪੁੱਟ ਕਰੋ ਲਓ ਵੋਲਿਊਮ ਪਤਾ ਲੱਗ ਗਿਆ ਸਾਨੂੰ 38.808 ਸੈਂਟੀਮੀਟਰ ਕਯੂਬ ਡੈਂਸਿਟੀ ਦਾ ਫਾਰਮੂਲਾ ਮਾਸ ਪਰ ਯੂਨਟ ਵੋਲੀਅਮ ਮਾਸ ਆਫ ਦਾ ਮੈਟੈਲਿਕ ਖੰਬਾਲਕੇ ਦੇ ਬਰਾਬਰ ਆ ਗਿਆ ਡੈਂਸਿਟੀ ਗੁਣਾ ਵੋਲੀਅਮ ਤੇ ਡੈਂਸਿਟੀ ਸਾਨੂੰ ਪਤਾ ਹੀ 8.9 ਗੁਣਾ 38.808 ਤਾਂ ਇਹਨੂੰ ਕੈਲਕੂਲੇਸ਼ਨ ਕਰ ਲਓ ਇਹ ਆ ਗਿਆ 345.39 ਇਹ ਆਨਸਰ ਆ ਗਿਆ 345.39 ਗ੍ਰਾਮ ਅੱਗੇ ਆ ਗਿਆ ਕੁਐਸਚਨ ਨੰਬਰ 4 ਲਓ ਦੇਖਿਓ ਕੁਐਸਚਨ ਨੰਬਰ 4 ਕਿਸ ਤਰ੍ਹਾਂ ਦਾ ਕੁਐਸਚਨ ਨੰਬਰ 4 ਚ ਹੈ ਦਾ ਡਾਇਮੀਟਰ ਆਫ ਮੂਨ ਇਜ਼ ਅਪਰੋਕਸੀਮੇਟਲੀ 1/4 ਆਫ ਦਾ ਡਾਇਮੀਟਰ ਆਫ ਅਰਥ ਵਾਟ ਇਜ਼ ਦਾ ਫ੍ਰੈਕਸ਼ਨ ਆਫ ਦਾ ਵੋਲਿਊਮ ਆਫ ਅਰਥ ਟੂ ਦਾ ਵੋਲਿਊਮ ਆਫ ਮੂਨ ਫ੍ਰੈਕਸ਼ਨ ਕੱਢਣੀ ਆ ਕਹਿਣ ਦਾ ਮਤਲਬ ਰੇਸ਼ੋ ਹੀ ਕੱਢਣੀ ਆ ਵੋਲਿਊਮ ਆਫ ਅਰਥ ਤੇ ਵੋਲਿਊਮ ਆਫ ਦਾ ਮੂਨ ਦੀ ਜਿਹੜਾ ਮੂਨ ਦਾ ਡਾਇਮੀਟਰ ਆ ਅਰਥ ਨਾਲ ਦੇ ਕੰਪੈਰੀਟਿਵਲੀ 1/4 ਗੁਣਾ ਹੈ ਲਓ ਦੇਖਿਓ ਕੀ ਮਤਲਬ ਹੈ ਲੋ ਡਾਇਆਮੀਟਰ ਆਪਾਂ d ਮੰਨ ਲੈਂਦੇ ਆ ਲੈਟ ਦਾ ਡਾਇਆਮੀਟਰ ਆਫ ਮੂਨ d ਤੇ ਰੇਡੀਅਸ ਕਿੰਨਾ ਬਣ ਗਿਆ r m ਦਾ ਮਤਲਬ ਮੂਨ ਹੈ m ਮੈਥੇ ਪਾਤਾ d 2 ਹੋ ਗਿਆ ਤੇ ਜਿਹੜਾ ਅਰਥ ਦਾ ਫਿਰ 4 ਗੁਣਾ ਵੱਧ ਹੀ ਹੋਇਆ ਡਾਇਆਮੀਟਰ ਮੂਨ ਦੇ ਨਾਲੋਂ ਡਾਇਆਮੀਟਰ ਆਫ ਅਰਥ ਕਿੰਨਾ ਬਣ ਗਿਆ 4d ਮੂਨ ਦੇ ਨਾਲੋਂ 4 ਗੁਣਾ ਦਿੱਤਾ ਹੋਇਆ ਸਾਨੂੰ ਤੇ ਰੇਡੀਅਸ ਆਫ ਦਾ ਮੂਨ ਕਿੰਨਾ ਹੋ ਗਿਆ r e 4d 2 ਇਹਨੂੰ ਕੱਟ ਲਓ 2d ਬਣ ਗਿਆ ਲਓ ਹੁਣ ਇਨਾਂ ਦਾ ਕੰਪੈਰੀਜ਼ਨ ਕਰ ਲੈਣੇ ਵੋਲੀਅਮ ਆਫ ਮੂਨ ਵੋਲੀਅਮ ਆਫ ਅਰਥ ਫਾਰਮੂਲਾ ਲਾ ਲਓ 4/3 ਪਾਈ ਆਰ ਐਮ ਦਾ ਕਯੂਬ 4/3 ਪਾਈ ਆਰ e ਕਯੂਬ ਇਹ ਮੈਂ ਡਿਸਟਿੰਕਸ਼ਨ ਪਾਤੀ ਮੈਨੇ ਅਰਥ ਇਹ ਅਰਥ ਦਾ ਰੇਡੀਅਸ ਆ ਆ ਮੂਨ ਦਾ ਰੇਡੀਅਸ ਆ ਆਰ ਐਮ ਇਹਦੀਆਂ ਵੈਲਿਊ ਪੁੱਟ ਕਰ ਦਿਓ ਆਰ ਐਮ ਹੈਗਾ d/2 ਦਾ ਹੋਲ ਕਯੂਬ ਤੇ r ਹੀ ਹੈਗਾ 2 d ਦਾ ਹੋਲ ਕਯੂਬ ਇਹਨੂੰ ਸੋਲਵ ਕਰ ਲੈਣੇ d^3 8 8d³ 8 نیچے ਜਾਣਾ ਤੁਹਾਨੂੰ ਪਤਾ ਹੀ ਹੈ d³ ਨਾਲ d³ ਕੱਢਿਆ ਇਹ ਆ ਗਿਆ 1/64 ਇਹ ਫ੍ਰੈਕਸ਼ਨ ਆ ਗਈ ਕੁਐਸਚਨ ਨੰਬਰ 5 ਹਾਊ many ਲੀਟਰ ਆਫ ਮਿਲਕ ਕੈਨ ਆ ਹੈਮਿਸਫੇਰੀਕਲ ਬੌਲ ਆਫ ਡਾਇਆਮੀਟਰ 10.5 ਸੈਂਟੀਮੀਟਰ ਹੋਲਡ ਮਿਲਕ ਕੱਢਣਾ ਹੈਮਿਸਫੇਅਰ ਇਸ ਸਫੇਰੀਕਲ ਬੌਲ ਹੈ ਅਰਧ ਗੋਲਾਕਾਰ ਬੌਲ ਹੈਗਾ डायमीटर ਪਹਿਲਾਂ ਇਹਦਾ ਰੇਡੀਅਸ ਕਰ ਲੋ 10.5 2 5.25 ਬਣ ਗਿਆ ਸੈਂਟੀਮੀਟਰ ਵੋਲਿਊਮ ਆਫ ਹੈਮਿਸਫੇਰੀਕਲ ਬੋਵਲ ਦਾ ਫਾਰਮੂਲਾ 2/3 πr³ ਫਾਰਮੂਲੇ ਸਾਰੇ ਅੱਛੀ ਤਰ੍ਹਾਂ ਯਾਦ ਹੋਣੇ ਚਾਹੀਦੇ ਫਿਰ ਕੁਐਸਚਨ ਹੁੰਦੇ ਆ ਦੀ ਵੈਲਿਊ ਪੁੱਟ ਕਰ ਲੋ 5.25 ਦਾ ਹੋਲ ਕਯੂਬ 2/3 2/7 ਲੋ ਇਹਨੂੰ ਕੱਟ ਲੋ ਇਹ ਆ ਗਿਆ ਆਨਸਰ 303.1875 cm³ ਇਹਨਾਂ ਕੁਐਸਚਨਾਂ ਦੇ ਵਿੱਚ ਨਾ ਕਟਣ ਵੇਲੇ ਕੈਲਕੂਲੇਸ਼ਨ ਵੇਲੇ ਮਿਸਟੇਕ ਹੋਣ ਦੇ ਚਾਂਸ ਹੁੰਦੇ ਇਸ ਕਰਕੇ ਕੈਲਕੂਲੇਸ਼ਨ ਜਰਾ ਧਿਆਨ ਨਾਲ ਕਰਨੀ ਹੁਣ 1000 ਸੈਂਟੀਮੀਟਰ ਕਯੂਬ ਇੱਕ ਲੀਟਰ ਦੇ ਬਰਾਬਰ ਹੁੰਦਾ ਹੁਣ ਮੈਂ ਇਹਦੇ ਲੀਟਰ ਬਣਾਣੇ ਆ ਤੇ ਇਹਨੂੰ 1000 ਨਾਲ ਡਿਵਾਈਡ ਕਰ ਦੂੰਗਾ ਇਹ ਆ ਗਿਆ 0.303 ਲੀਟਰ ਮੈਂ ਤਿੰਨ ਡੈਸੀਮਲ ਤੱਕ ਇਹਨੂੰ ਸੋਲਵ ਕੀਤਾ ਅੱਗੇ ਆ ਗਿਆ ਕੁਐਸਚਨ ਨੰਬਰ 6 ਕਵੈਸਚਨ ਨੰਬਰ 6 ਦੇ ਵਿੱਚ ਆ ਹੈਮਿਸਫੇਰੀਕਲ ਟੈਂਕ ਆ ਇਜ਼ ਮੇਡ ਅਪ ਆਫ ਐਨ ਆਇਰਨ ਸ਼ੀਟ 1 ਸੈਂਟੀਮੀਟਰ ਥਿੱਕ ਹੈ ਮੋਟੀ ਆ ਅੰਦਰ ਦਾ ਰੇਡੀਅਸ 1 ਮੀਟਰ ਆ ਵੋਲਿਊਮ ਆਫ ਆਇਰਨ ਯੂਜ਼ ਟੂ ਮੇਕ ਦ ਟੈਂਕ ਉਹ ਜਿਹੜਾ ਟੈਂਕ ਬਣਿਆ ਹੈਮਿਸਫੇਰੀਕਲ ਉਹਨੂੰ ਕਿੰਨਾ ਆਇਰਨ ਲੱਗਾ ਹੈ ਲੋ ਦੇਖੇ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਬਣ ਗਿਆ ਟੈਂਕ ਆ ਆਇਰਨ ਲੱਗਾ ਹੋਇਆ ਇਹਦੇ ਵਿੱਚ ਹੁਣ ਅੰਦਰ ਦਾ ਉਹਨੇ ਰੇਡੀਅਸ ਦੇ ਦਿੱਤਾ ਸਾਨੂੰ ਉਹ ਹੈਗਾ 1 ਮੀਟਰ ਤੇ ਆਊਟਰ ਰੇਡੀਅਸ ਆਪਾਂ ਕੱਢ ਲੈਣੇ ਆ ਆਊਟਰ ਰੇਡੀਅਸ ਵੀ ਕਰਨਾ ਪਏਗਾ ਨਾ ਅੰਦਰ ਦੇ ਰੇਡੀਅਸ ਨੂੰ ਮੈਂ ਛੋਟੀ ਆਰ ਨਾਲ ਡਿਨੋਟ ਕਰਤਾ ਤੇ ਬਾਹਰ ਦਾ ਰੇਡੀਅਸ ਮੈਂ ਵਿੱਚ ਆ ਥਿਕਨੈਸ ਜਮਾ ਕਰ ਦਿੰਦੇ ਇਹ ਥਿਕਨੈਸ ਦਿੱਤੀ ਹੋਈ ਹੈ 1 ਸੈਂਟੀਮੀਟਰ ਆ ਆਇਰਨ ਦੀ ਜਿੱਥੇ ਲੱਗਾ ਇਹ ਥਿਕਨੈਸ ਜਿਹੜੀ ਮੋਟਾਈ ਹੈ ਇਹਨੂੰ ਮੈਂ ਮੀਟਰ ਚ ਕਨਵਰਟ ਕਰਨਾ ਪਏਗਾ ਕਿਉਂਕਿ ਇਹ ਅੰਦਰ ਦਾ ਰੇਡੀਅਸ ਹੈ 1 ਮੀਟਰ ਲਾਊਟਰ ਰੇਡੀਅਸ ਬਣ ਗਿਆ ਵੱਡੇ ਨੂੰ ਮੈਂ ਵੱਡੀ ਆਰ ਨਾਲ ਡਿਨੋਟ ਕਰਤਾ 1 1/100 ਇਹਦਾ ਡੈਸੀਮਲ ਲਾ ਲਓ ਇਹ ਬਣ ਗਿਆ 0.01 1 0.01 ਇਹ ਆ ਗਿਆ 1.01 ਮੀਟਰ ਲਓ ਵੋਲਿਊਮ ਆਫ ਆਇਰਨ ਯੂਜ਼ਡ ਕਿੱਦਾਂ ਕੱਢਾਂਗੇ ਬਾਹਰਲਾ ਹੈਮਿਸਫੀਅਰ ਦੇ ਵੋਲਿਊਮ ਚ ਅੰਦਰ ਵਾਲਾ ਜਿਹੜਾ ਖਾਲੀ ਹੈ ਉਹ ਘਟਾ ਦਿਆਂਗੇ ਮਾਈਨਸ ਕਰ ਦਿਆਂਗੇ ਫਾਰਮੂਲਾ ਹੁੰਦਾ ਹੀ ਆ 2/3 π r³ 2/3 π r³ ਬਸ ਇੱਥੇ r ਚ ਫਰਕ ਆ ਕੈਪੀਟਲ r ਆ ਸਮਾਲ r ਆ ਅੰਦਰ ਦਾ ਵੋਲਿਊਮ ਜਿਹੜਾ ਉਹ স্মਾਲ r ਨਾਲ ਡਿਨੋਟ ਕੀਤਾ ਗਿਆ ਤੇ ਬਾਹਰ ਵਾਲਾ ਵੱਡਾ ਕੈਪੀਟਲ r ਨਾਲ ਹੁਣ ਕੈਲਕੂਲੇਸ਼ਨ ਨੂੰ ਆਸਾਨ ਕਰਨ ਲਈ 2/3 π ਕਾਮਨ ਕਰ ਲਓ r³ r³ r ਇੱਕ ਕੈਪੀਟਲ ਆ ਹੁਣ ਇੱਥੇ ਵੈਲਿਊ ਪੁੱਟ ਕਰ ਦਿਓ ਇਹਦੀ ਕੈਪੀਟਲ r 1.01 ਦਾ ਹੋਲ ਕਯੂਬ ਆ 1 1 ਦਾ ਕਯੂਬ ਆ ਮੈਂ 1.00 ਲਿਖਤਾ ਚਾਹੇ ਤੁਸੀਂ 1 ਕਯੂਬ ਵੀ ਲਿਖ ਦਿਓ ਇਦਾਂ ਇੱਕੋ ਹੀ ਗੱਲ ਹੈ ਜੇ ਤੁਸੀਂ ਇਹਨੂੰ ਨਹੀਂ ਲਿਖਣਾ ਚਾਹੁੰਦੇ ਇਦਾਂ ਲਓ ਇਹਨੂੰ 1 ਕਯੂਬ ਹੀ ਲਿਖ ਲਓ ਕੱਲਾ ਫਿਰ ਕਨਫਿਊਜ਼ਨ ਨਹੀਂ ਰਹਿੰਦੀ ਇਹ 1.01 ਦਾ ਹੋਲ ਕਯੂਬ ਹੈਗਾ ਜਿਹੜਾ ਉਹਦੀ ਵੈਲਿਊ ਆndi 1.030301 ਇੱਥੇ ਪਾਈ ਦੀ ਵੈਲਿਊ 2/7 2/3 ਜੀ ਇਹ ਕਿੰਨਾ ਹੈ 2/3 2/7 ਇਹਨੂੰ ਸਬਟ੍ਰੈਕਟ ਕਰ ਲਓ ਦੋਨੋਂ ਟਰਮਸ ਨੂੰ ਇਹ ਆ ਗਿਆ 2/42/21 ਇਹ ਮਾਈਨਸ ਕਰਕੇ ਆਗਾ 0.030301 ਲੋ ਇਹਨੂੰ ਇਹਦੇ ਨਾਲ ਗੁਣਾ ਕਰ ਲੋ 44 ਨੂੰ ਆਹ ਟਰਮ ਨਾਲ ਗੁਣਾ ਕਰ ਲੋ ਆ ਜਿਹੜਾ ਨੰਬਰ ਹੈਗਾ 21 ਤੇ 21 ਨਾਲ ਡਿਵਾਈਡ ਕਰ ਲੋ ਇਹ ਆਨਸਰ ਆ ਜਾਏਗਾ 0.06348 ਮੀਟਰ ਕਯੂਬ ਆਨਸਰ ਆ ਜਾਏਗਾ